जलंधर धरने के लिए हज़ारा की तादाद में जिथे जत्थे शामिल किसानों का जत्था गुरदासपुर तो हुआ रवाना। गन्ने के रेट में वाधा करने लैके जलंधर में जलंधर दिल्ली हाईवे किया जाम। जी हाँ, गन्ने की फसल कीमतों वधाउण लैके किसान जथेबंदियों वालों मांग की गई थी कि पिछले कई सालों तो चलते आ रहे गन्ने की फसल के रेट में ना लगते राजा की तर्ज से वाधा किया जाए, नहीं तो किसान जथेबंदियों के वालों सरकार के खिलाफ 20 अगस्त को संघर्ष किया जाएगा। जिसके चलते अज किसान जथेबंदियों वालों शहर जलंधर में जलंधर दिल्ली हाईवे जाम करके संघर्ष शुरू कर दिया गया। इस संघर्ष में शामिल होने के लिए माझा बैल्ट के जिला गुरदासपुर तो माझा किसान संघर्ष कमेटी के बैनर तले हज़ारा की तादाद में किसान अपने वाहन से पहुंचे। गुरदासपुर तो सिमरजीत सिंह दी जीरो लाइन टीवी दे ले रिपोर्ट। प्रधान जी, किन्नियां जथेबंदियां जलंधर दे विच धरना ला रही है ते क्यों ला रही है? देखो जी, अज पंजाब दीआं 32 दीआं 32 जिहड़ियां दिल्ली च काम कर रही 32 दीआं 32 किसान जथेबंदियां धरना लगा रही ते रोस माना च इको ही आ भी जिहड़ा साडा गन्ने दा रेट आ उस 4 सालों का इको जगह खड़ा वा ते लेबर साड़ी जिहड़ी आ ओह डबल हो गई आ, पेट्रोल डीजल डबल हो गया, हर चीज़ डबल हो गई आ। रोस ए साडा वा ते दूजा ए भी जिहड़ा सरकार दे अज मार्क कमेटियां चों जट्टां नूं आड़तियां नूं फोन आउंदे आ भी जिहड़ियां अपनियां जमाबंदियां पोर्टलां दे चढ़ाओ। बिल्कुल नहीं, जिस तरह अगे ये झोंडा साड़ी कणक अगे विकदी उस तरह ही विकावांगे। इन्हां दोवां मंगां दे विच करके अज इत्थे वड्डा रोस जिहड़ा वा जलंधर ਧੰਨੋਵਾਲੀ ਫਾਟਕ ਦੇ ਸਾਹਮਣੇ ਇੰਟਰਨੈਸ਼ਨਲ ਹਾਈਵੇ ਜਿਹੜਾ ਵਾ ਉਹ ਡੱਕਿਆ ਜਾਊਗਾ। ਜੇਕਰ ਪੰਜਾਬ ਸਰਕਾਰ 15 ਰੁਪਈਏ ਵਧਾਉਣ ਤੋਂ ਬਾਅਦ ਅਗਲੀ ਗੱਲ ਨਹੀਂ ਕਰਦੀ? ਵੇਖੋ ਜੀ, ਜੇ ਪੰਜਾਬ ਸਰਕਾਰ ਅਗਲੀ ਗੱਲ ਨਾ ਕਰੂਗੀ ਤੇ ਅਣਮਿੱਥੇ ਸਮੇਂ ਤੱਕ ਧਰਨਾ ਲੱਗੂਗਾ। ਜਿੰਨਾ ਚਿਰ ਸਾਡੀ ਮੰਗਾਂ ਮੰਨੀਆਂ ਨਹੀਂ ਜਾਣਗੀਆਂ ਉਨਾ ਚਿਰ ਰੇਲਵੇ ਟਰੈਕ ਵੀ ਬੰਦ ਰਹੂਗਾ ਤੇ ਇੰਟਰਨੈਸ਼ਨਲ ਹਾਈਵੇ ਵੀ ਬੰਦ ਰਹੂਗਾ। ਦਿੱਲੀ ਦੇ ਪ੍ਰਦਰਸ਼ਨ 'ਚ ਧਾਕ ਨਾ ਲੱਗੂ ਇਸ ਤਰ੍ਹਾਂ? ਨਹੀਂ, ਬਿਲਕੁਲ ਨਹੀਂ। ਦਿੱਲੀ 'ਚ ਸਾਡੇ 25% ਕਿਸਾਨ ਦਿੱਲੀ ਦੇ ਵਿੱਚ ਆਲਰੇਡੀ ਪੱਕੇ ਰਹਿੰਦੇ, ਉਹਨਾਂ ਨੇ ਪੱਕੇ ਘਰ ਬਣਾਏ ਆ, ਪੱਕੀਆਂ ਉੱਥੇ ਛਾਨਾਂ ਬਣਾ ਲਈਆਂ, ਸਭ ਕੁਝ ਪੱਕਾ ਇਹੀ ਬਣਾਇਆ। ਜਿਹੜੇ ਸਾਡੇ 75% ਕਿਸਾਨ ਜਿਹੜੇ ਸੀ ਪਿੰਡਾਂ ਜੀ, ਅੱਜ ਉਹਨਾਂ ਪਿੰਡਾਂ ਵਾਲਿਆਂ ਨੂੰ ਮੰਗਾ ਰਿਹਾ ਵੀ ਆਓ ਅਸੀਂ ਪੰਜਾਬ ਦਾ ਵੀ ਮੁੱਦਾ ਇਹ ਵੀ ਨਾਲ ਹੱਲ ਕਰਨਾ। ਦਿੱਲੀ ਵਾਲਾ ਸਾਡਾ ਮੋਰਚਾ ਉੱਦਾਂ ਚੱਲਣ ਡਿਆ, ਜਲਦ ਹੱਲ ਹੋ ਜਾਏਗਾ? ਜਲਦੀ ਹੋਊਗਾ ਜੀ, ਮੈਨੂੰ ਲੱਗਦਾ ਜਿੱਦਾਂ 1-2 ਦਿਨਾਂ ਦੇ ਵਿੱਚ ਹੱਲ ਨਿਕਲੂਗਾ। ਮੇਰਾ ਦਲੀਪ ਸਿੰਘ ਲੰਬੜਦਾਰ, ਮੇਨ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ। ਦਲੀਪ ਜੀ, ਇਹ ਧਰਨੇ ਦਾ ਕੀ ਫਾਇਦਾ ਹੋਏਗਾ? ਧਰਨੇ ਦਾ ਫਾਇਦਾ ਤੁਸੀਂ ਰਾਤ ਦੇਖ ਲਿਆ, ਕੈਪਟਨ ਡਰਦੇ 15 ਰੁਪਈਏ ਦੇ ਦਿੱਤੇ ਆ। 5 ਸਾਲ ਸੀ ਸਰਕਾਰ ਚੁੱਪ ਰਹੀ, ਜਿਹੜੇ ਕਿਸਾਨਾਂ ਦੀ ਬਾਤ ਨਹੀਂ ਪੁੱਛੀ। ਅੱਜ ਕਿਸਾਨਾਂ ਦਾ ਰੋਹ ਇਕੱਠਾ ਹੋਇਆ, ਅੱਜ 15 ਰੁਪਈਏ ਕੱਲ੍ਹ ਦੇ ਦਿੱਤੇ ਆ, ਅਸੀਂ ਘੱਟੋ ਘੱਟ 100 ਰੁਪਈਆ ਹੋਰ ਵੱਧ ਲੈ ਕੇ ਉੱਠਾਂਗੇ। ਨਹੀਂ ਦਿੰਦੀ, ਕੱਲ੍ਹ ਰੇਲਵੇ ਟਰੈਕ ਜਾਮ ਕਰਾਂਗੇ, ਉਸ ਤੋਂ ਬਾਅਦ ਅਗਲੀ ਰਣਨੀਤੀ ਪੰਜਾਬ ਨੂੰ ਦਿੱਲੀ ਬਣਾ ਦਾਂਗੇ ਜੇ ਨਾ ਹੱਲ ਹੋਇਆ। ਤੇ ਕਿੰਨੀਆਂ ਜਥੇਬੰਦੀਆਂ ਉੱਥੇ ਆ ਰਹੀਆਂ? 32 ਜਥੇਬੰਦੀਆਂ ਪੰਜਾਬ ਨਾਲ ਜਿੰਨੀਆਂ ਸਾਰੀਆਂ ਉੱਥੇ ਪਹੁੰਚ ਰਹੀਆਂ ਜੀ। ਮੰਨ ਲਓ ਉੱਥੇ ਕੋਈ ਧੱਕਾ ਮੁੱਕੀ ਹੁੰਦਾ, ਲਾਠੀਚਾਰਜ ਹੁੰਦਾ, ਨੈਸ਼ਨਲ ਹਾਈਵੇ? ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਧਰਨਾ ਦੇਣਾ, ਅਸੀਂ ਕਿਸੇ ਦਾ ਖਿਲਾਫ ਨਹੀਂ ਹੋਣਾ। ਸਾਨੂੰ ਭਾਵੇਂ ਮਾਰ ਦੇਣ, ਅਸੀਂ ਆਪਣੇ ਹੱਕ ਲੈ ਕੇ ਜਾਣੇ। ਕੇਂਦਰ ਦੀ ਸਰਕਾਰ ਨਾਲ ਮੱਥਾ ਲਾਇਆ ਨੂੰ 1 ਸਾਲ ਹੋ ਗਿਆ ਤੇ ਹੁਣ ਪੰਜਾਬ ਦੀ ਸਰਕਾਰ ਨਾਲ? ਦੇਖੋ ਜੀ, ਕੇਂਦਰ ਸਰਕਾਰ ਪੰਜਾਬ ਸਰਕਾਰਾਂ ਇੱਕੋ ਹੀ ਨੇ, ਰਲੀਆਂ ਮਿਲੀਆਂ ਸਾਰੀਆਂ ਕਿਸਾਨਾਂ ਨੂੰ ਮਾਰਨ ਵਾਸਤੇ ਨੀਤੀਆਂ ਤਿਆਰ ਕਰ ਰਹੀਆਂ। ਪਹਿਲੇ ਕਹਿੰਦੀਆਂ ਵੀ ਫਸਲਾਂ 'ਚ ਅਦਲਾ ਬਦਲੀ ਕਰੋ, ਅਤੇ ਜੇ ਕਿਸਾਨ ਗੰਨਾ ਬੀਜਦਾ ਤਾਂ ਕਿਸਾਨ ਦਾ ਗੰਨਾ ਨਹੀਂ ਲੈ ਰਹੀਆਂ, ਉਹਨੂੰ ਪੈਸੇ ਨਹੀਂ ਦੇ ਰਹੀਆਂ ਮੁਕੰਮਲ। 4-5 ਸਾਲ ਤੋਂ ਕਾਂਗਰਸ ਸਰਕਾਰ ਨੇ 1 ਰੁਪਿਆ ਨਹੀਂ ਵਧਾਇਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕੇਂਦਰ ਦੀ ਸਰਕਾਰ ਦੀ ਇਸ ਟਾਈਮ ਕੀ ਸਥਿਤੀ ਹੈ? ਡਰ ਚੁੱਕੀ ਹੈ, ਕੰਬ ਚੁੱਕੀ ਹੈ, ਪਰ ਅਜੇ ਆਪਣੀ ਹਿੰਡ ਨਹੀਂ ਛੱਡਦੀ ਪਈ। ਪਰ ਅਸੀਂ ਹਿੰਡ ਬਣਾ ਕੇ ਰਵਾਂਗੇ, ਜਦੋਂ ਤੱਕ ਅਸੀਂ ਇਹ ਕਾਨੂੰਨ ਵਾਪਸ ਨਹੀਂ ਕਰਦੇ ਅਸੀਂ ਵਾਪਸ ਨਹੀਂ ਆਵਾਂਗੇ। ਪੰਜਾਬ ਦੀ ਸਰਕਾਰ ਦੀ ਇਸ ਟਾਈਮ ਕੀ ਸਥਿਤੀ ਹੈ ਕਿਸਾਨਾਂ ਪ੍ਰਤੀ? ਤੁਸੀਂ ਦੇਖ ਲਿਆ, ਕੈਪਟਨ ਨੇ ਰਾਤੀ 15 ਰੁਪਈਏ ਦੇ ਦਿੱਤੇ, ਜਿਹੜਾ 4.5 ਸਾਲ ਬੋਲਿਆ ਨਹੀਂ ਉਹਨੇ 15 ਰੁਪਈਏ ਕਿੱਦਾਂ ਦੇ ਦਿੱਤੇ? ਇਹ ਕਿਸਾਨਾਂ ਦਾ ਰੋਹ ਹੈ, ਕਿਸਾਨ ਅਨਪੜ੍ਹ ਨਹੀਂ ਰਿਹਾ, ਕਿਸਾਨ ਜਾਗ ਚੁੱਕੇ ਆ। ਇਹਦਾ ਜਵਾਬ 2022 ਇਲੈਕਸ਼ਨਾਂ ਦੇ ਵਿੱਚ ਅਸੀਂ ਕਿਸੇ ਨੂੰ ਪਿੰਡ ਵੜ ਕੇ ਨਾ ਵੜ ਨਹੀਂ ਦੇਣਾ ਕਿਸੇ ਨੂੰ ਵੀ। ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਘੇਰਿਆ? ਦੇਖੋ ਜੀ, ਚੱਲਦਾ ਰਹਿਣਾ, ਸਾਰਿਆਂ ਨੂੰ ਘੇਰਨਾ ਬਾਰੋ ਬਾਰੀ। ਉਹ ਕਿਸਾਨ ਇਸ ਅੰਦੋਲਨ ਨੇ ਕਿਸਾਨਾਂ ਨੂੰ ਬੜਾ ਕੁਝ ਦੱਸਿਆ, ਲੋਕਾਂ 'ਚ ਜਾਗਰਤੀ ਲਿਆਂਦੀ ਹੈ, ਕਿਸਾਨ ਜਾਗ ਪਿਆ ਹੁਣ। ਬੀਜੇਪੀ ਦੇ ਕਈ ਲੀਡਰ ਜਿਹੜੇ ਛੱਡ ਕੇ ਤੇ ਕਿਸਾਨ ਜਥੇਬੰਦੀਆਂ ਨਾਲ ਰਲ ਗਏ। ਦੇਖੋ ਜੀ, ਪਤਾ ਹੀ ਹੈ ਵੀ ਕਿਸਾਨਾਂ ਦਾ ਰੋਹ ਚੱਲਦਾ ਪਿਆ, ਕਿਸਾਨ ਤਕੜੇ ਆ, ਆਪਣੇ ਹੱਕਾਂ ਲਈ ਲੜਦੇ ਪਏ ਆ। ਜੇ ਬੀਜੇਪੀ ਦੇ ਲੀਡਰ ਇਕੱਲੇ ਕੀ ਕਰਨਗੇ ਜੇ ਕਿਸਾਨ ਨਾਲ ਨਾ ਹੋਣਗੇ? ਵੋਟਾਂ ਤਾਂ ਕਿਸਾਨਾਂ ਨੇ ਪਾਉਣੀਆਂ ਨਾ, ਇਸ ਕਰਕੇ ਸਾਰੇ ਕਿਸਾਨਾਂ ਨਾਲ ਆ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ। ਗੁਰਪ੍ਰੀਤ ਜੀ, ਕਿੰਨੇ ਲੋਕ ਇੱਥੋਂ ਜਾ ਰਹੇ ਆ ਔਰ ਕੀ ਸੋਚ ਲੈ ਕੇ ਜਾ ਰਹੇ? ਅੱਜ ਅਸੀਂ ਮਾਝੀ ਏਰੀਏ ਦੇ ਵਿੱਚੋਂ ਘੱਟ ਤੋਂ ਘੱਟ 10,000 ਬੰਦਾ ਲੈ ਕੇ, 10,000 ਜ਼ਿਮੀਂਦਾਰ ਸਾਡੇ ਨਾਲ ਜਲੰਧਰ ਹਾਈਵੇ ਦੇ ਧਰਨੇ ਵਿੱਚ ਜਾ ਰਿਹਾ, ਕਿਉਂਕਿ ਸਾਡੇ ਏਰੀਏ ਦੀ ਮੁੱਖ ਫਸਲ ਗੰਨਾ ਵਾ। ਕਿਉਂਕਿ ਪਿਛਲੇ 15 ਸਾਲਾਂ ਤੋਂ ਸਾਡਾ ਇੱਕ ਕੋਝਾ ਜਿਹਾ ਮਜ਼ਾਕ ਕਰਕੇ 15 ਰੁਪਏ ਰੇਟ ਵਧਿਆ 15 ਸਾਲ ਦੇ ਵਿੱਚ। ਤੁਸੀਂ ਆਸੀ ਤਾਂ ਆਪੇ ਹਿਸਾਬ ਕਿਤਾਬ ਲਾ ਲਓ, ਤੁਸੀਂ ਵੀ ਸੂਝਵਾਨ ਜੇ ਸਿਆਣੇ ਜੇ, ਕਿ ਰੇਟ 310 ਰੁਪਏ ਪਿਛਲੇ ਸਾਲਾਂ 'ਚ ਸੀ, ਪਰ ਉਦੋਂ ਡੀਜ਼ਲ 53 ਰੁਪਏ ਸੀ। ਅੱਜ ਡੀਜ਼ਲ ਜੋ ਕਿ 95 ਰੁਪਏ ਦੇ ਲਗਭਗ ਪਹੁੰਚ ਚੁੱਕਿਆ, ਲਗਭਗ 100 ਦੇ। ਖਾਦਾਂ, ਦਵਾਈਆਂ, ਰੇਹਾਂ, ਸਪਰੇਆਂ, ਗੋਡੀਆਂ,
होर लेबर खर्चे सारे चार गुणा बढ़ चुके हैं, पर जो सा रेट ही पिछले सालों के उस हिसाब न रहा। सो अं बेनती करते हैं सरकार को कि साडा घट्टो घट 400 रुपया गन्ने रेट दिता जाए, जिदा चेर सा रेट 400 रुपया नहीं होंगे असं धरना नहीं चुका। मैं मेरा नाम सुरिंदर सिंह सोनू मजा किसान संघर्ष समिति प्रधान केंद्र हूँ पंजाब के नाल सुखबीर बादल शुरू कर ये जोड़ा साडा धरना दिल्ली चल रहा वा उन्हों इस धरने पंजाब नाल कोई फर्क नहीं पैना। साढ़े 50% जोड़े लोग उत्थे बैठे हुए हैं, 75% जोड़े लोग पिंड वा, खास करके जोड़ा साडा माझा एरिए ब्यास दरिया के नाल बेल्ट है, गन्नेरी बेल्ट होण करके ते दुआबे दी बेल्ट होण करके इस करके सारे किसान भरा अज माझा किसान संघर्ष कमेटी के बैनर हेठ 10,000 का काफिला जोड़े आ किसान भरा को लैके असी जलंधर धरने में पहुँच रहे हैं। ये धरना लगातार जारी रहेगा जिन्ना चिर साडा गन्ने दा रेट 400 रुपया नहीं करदा। अज के धरने का मुख्य मकसद आ गन्ने का रेट वधाउणा, जो कि कई सालों तो गन्ने का रेट नहीं वधिया। इस सरकार ने 5 सालों एक बार वधाया, वह भी विधानसभा घेरन का असी प्रोग्राम बनाया से चंडीगढ़ जाके 10 रुपए पाए। उदों मनप्रीत बादल जी का यह बयान सीगा कि हुण खजाना खाली आ, अगले साल तुहानूं रजा दांगे गन्ने वालियां नूं। अज तक आ रजाउण डे जे ते अज हार के प्रोटेस्ट करन दी गल कीती ते कल सोसा सड़ता 15 रुपए का। शर्म होनी चाहिए इन्हां सरकारां नूं कि अपनियां तनखावां अपनियां पेंशनां 3-3, 4-4 लैण डे ने, ते जे किसानां दी गल हुंदी ते फिर इन्हां नूं मौत पैंदी है। गन्ने का रेट अज की डेट च स्वामीनाथन की रिपोर्ट ना जिहड़े कहिंदे आ, मोदी भी कही जांदा स्वामीनाथन की रिपोर्ट लागू करती जी, मैं लागू करती ये भी कही जाते हैं, तो स्वामीनाथन की रिपोर्ट ना जिहड़ा आ 300। मैं यही गल करता हाँ कि 15 रुपए रेट वधाया जिहड़ा कि स्वामीनाथन की रिपोर्ट जिहड़ी कहिंदी आ, वो खर्चा 380 रुपए खर्चा पर क्विंटल गन्ने ते हुंदा स्वामीनाथन की रिपोर्ट ना, किसान नहीं कहिंदा उन्हों पता की खर्चे होंगे। उस हिसाब न साडा रेट 783 रुपए गन्ने का बनता स्वामीनाथन की रिपोर्ट का, पर यह सानू देना ही कुछ नहीं चाहते, सानू लागत मुल भी नहीं देन दे, तुहाडे सामने ही आ लागत मुल साडा 383 बनता, यह सानू कितना देन दे 310। लागली स्टेट है ये कहिंदे घाटा पीता, लागली स्टेट आ 358 देन दी, हुण यूपी कई सालों का 325 आर का उत्थे फिर वध गया। जिवें जिवें सेंटर वधाउंदा, सेंटर हर साल वधाउंदा कुछ ना कुछ उन्हां दा जो भी प्रोसीजर हो, पर यह स्टेट गवर्नमेंटा जिहड़ियां उह साडा हक मारी जांदियां। हुण अज जे अहीं आप प्रोटेस्ट की गल की फिर इन्हें 15 रुपए पाते भी किसान घर बह जाने, पर किसान हुण समझ गया, किसान जिहड़ा आ मोर्चा शुरू होया काले कानूनों वाला उस तो सारे किसान जागरूक हो गए। इन्हां सरकारां दा कोई ध्यान नहीं साडे वल, सिर्फ लॉलीपॉप दिंदे ने, जिन्ना झूठे वादे करके कैप्टन सरकार आई, हुण सुखबीर कहण डिया कि उस तो वध झूठ बोल के आना भी असीं कहड़ा पूरे करने, पर नहीं इन्हां नूं एक वेखी होगी वीडियो तुसीं, एक किसान आगू नॉर्मल आगू आ ब्लाक का प्रधान है, उन्हें 7 सवाल किए, एक का जवाब नहीं आया बादल साहब नूं, लोगों ने जवाब मंगने इन्हां को कि दसो पिछले वादे का की किया, साढ़े हाथ की करिए। साल हो गया केंद्र की सरकार ने मुद्दे लाए, हूँ पंजाब की सरकार किसान पाठ तो नहीं जाएंगे? बिल्कुल नहीं, आ एक एक जो वेखो ये जो पाठन वाली गल हों तो कला गन्ने वालों का अज मकसद है, मसला गन्ने वालों का ही, पूरी दी पूरी पंजाब दी जिन्नियां जथेबंदियां सारियां कतर हो रही उत्थे एक भी गैर हाजर नहीं। बिल्कुल नहीं, उन्होंने मजबूती मिलेगी ये लोग जागरूक होकर जाएंगे जथे बना के दिल्ली पहुँचे, ये बड़ी तगड़ी मजबूती मिलनी। साड़ी जथेबंदी के प्रधान बलविंदर सिंह राजू ने यह मुद्दा उठाया, जो साड़ी गन्ने वाली बैल्ट ये मुद्दा उठा के उन्हें पिंड पिंड जाके लोगों जागरूक किया, फिर जथेबंदियों मीटिंग करके जथेबंदियों ने सारियां भरोसा दवाया भी बिल्कुल ये जायज़ गल आ, जे गन्ने का रेट सानू पूरा मिलता। वेखो असी अजे असी तो भी नहीं मंगते भी इन्हें स्वामीनाथन रिपोर्ट दे दो, सानू साडा 400 रुपया रेट कर दें, खंड का रेट जे 40 रुपये तो साडा 400 बनता, नहीं करती तो बैठे हाँ। पहले दिन डकांगे जी टी रोड, दूजे दिन डकांगे ट्रेन, फिर उस तो अगे फिर तुर पाएंगे, जिनी सरकार ढीठ हो जू अं ढीठ हो जाएंगे ढीठ ही, हूँ बड़े उन्होंने बहन की याद आ गई, पहले बहन की याद नहीं। धन्यवाद।